ਭੋਲੇ ਭਾਲੇ ਲੋਕਾਂ ਦੇ ਨਾਲ ਸੈਕਸ ਸੰਬੰਧ ਕਾਇਮ ਕਰਨ ਤੋਂ ਬਾਅਦ ਉਹਨਾਂ ਨੂੰ ਡਰਾਉਣਾ, ਬਲੈਕਮੇਲ ਕਰਕੇ ਮੋਟੀ ਰਕਮ ਵਸੂਲਣ ਵਾਲੇ ਇੱਕ ਗਰੋਹ ਦਾ ਮਾਨਸਾ CIS ਸਟਾਫ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਰੋਹ ਦੇ 2 ਪੁਰਸ਼ ਅਤੇ 2 ਮਹਿਲਾਵਾਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਗਰੋਹ ਦੀ ਸਰੰਗਣਾ ਸਮੇਤ 3 ਲੋਕ ਫਰਾਰ ਹੈ। ਇਹਨਾਂ ਨੇ ਇੱਕ ਗਰੋਹ ਬਣਾਇਆ ਤੇ ਇਹ ਜਿਹੜੇ ਹੈ ਇਹਨਾਂ ਨੇ ਇੱਕ ਮਕਾਨ ਕਿਰਾਏ ਦਾ ਲੈ ਕੇ ਭੋਲੇ ਭਾਲੇ ਜਿਹੜੇ ਹੈ ਪਿੰਡ, ਜ਼ਿਆਦਾਤਰ ਪੇਂਡੂ ਲੋਕ ਨੇ, ਉਹਨਾਂ ਨੂੰ ਉਹਨਾਂ ਨਾਲ ਸਰੀਰਕ ਸੰਬੰਧ ਬਣਾ ਕੇ ਫਿਰ ਉਹਨੂੰ ਇੱਕ ਡਰਾਵਾ ਦਿੰਦੇ ਹੈ ਵੀ ਅਸੀਂ ਤੁਹਾਡੀ ਮੂਵੀ ਬਣਾ ਲਈ ਹੈ, ਅਸੀਂ ਤੁਹਾਨੂੰ ਸਮਾਜ ਦੇ ਵਿੱਚ ਜਿਹੜਾ ਤੁਹਾਡਾ ਨਾਮ ਬਦਨਾਮ ਕਰਾਂਗੇ, ਤੁਹਾਡੇ ਖਿਲਾਫ ਜਿਹੜਾ ਰੇਪ ਦਾ ਕੇਸ ਦਰਜ ਕਰ। ਇਸਦੇ ਤਹਿਤ ਅਸੀਂ ਇਹਨਾਂ ਨੂੰ ਕਾਬੂ ਕੀਤਾ ਤਾਂ ਇਹਨਾਂ ਕੋਲੋਂ ਖਾਲੀ ਚੈੱਕ ਵੀ ਮਿਲਿਆ, ਕੁਛ ਨਕਦੀ ਵੀ ਮਿਲੀ ਹੈ ਅਤੇ ਕਈ ਬੰਦਿਆਂ ਨੇ ਜਿਹੜੇ ਹੈ ਜਿਹਨਾਂ ਇਸ ਠੱਗੀ ਦਾ ਸ਼ਿਕਾਰ ਉਹਨਾਂ ਦੇ ਅਸੀਂ ਜਾਣ। ਇਹਦੇ ਵਿੱਚ ਅਮਰ ਸਿੰਘ ਹੈਗਾ ਜੀ ਮਾਸਟਰਮਾਈਂਡ ਤੇ ਪਰਮਜੀਤ ਕੌਰ। ਮਾਨਸਾ ਤੋਂ ਜਗਦੀਸ਼ ਬੰਸਲ ਦੀ ਰਿਪੋਰਟ, ਚੈਨਲ 2।